स्वागत है दोस्तों तुहाडा अपनी खेती चैनल पर। अज आपां इह वीडियो उन्हां किसान वीरां वास्ते लैके आए हैं जिहड़े किसान वीरां दीआं मिर्चां दे पत्ते कट्ठे हो रहे हैं, बिल्ली कन्ने जे बण के ते कट्ठियां जी हो के खड़ जांदियां, बिल्कुल फ्री है, कोई पैसा नहीं लगता इस फार्मूले ते, बस एक तुहाडी वरतण दी घौल आ। जेकर इह फार्मूला तुसीं वरतोंगे मिर्चां सारा साल हरियां भरियां ते फुल फल देणगियां। जिहड़े किसान वीर नवें ने मेरे चैनल नूं सबसक्राइब करो, नाल बैल आइकन दा बटन जरूर नप दिओ ਤਾਂ ਕਿ ਹਰ ਇੱਕ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ। ਹੁਣ ਆਪਾਂ ਗੱਲਬਾਤ ਕਰਦੇ ਹਾਂ ਕਿ ਜਿਹੜਾ ਮੈਂ ਫਾਰਮੂਲਾ ਦੱਸਣ ਲੱਗਿਆ ਉਹ ਹੈਗਾ ਜੀ ਪਾਣੀ ਦਾ। ਤੁਸੀਂ ਆਪਣੀਆਂ ਮਿਰਚਾਂ ਦੇ ਉੱਤੇ ਤੀਜੇ ਦਿਨੋਂ ਪਾਣੀ ਦੀ ਸਪਰੇਅ, ਇਕੱਲੇ ਪਾਣੀ ਦੀ ਸਪਰੇਅ ਕਰਨੀ ਆ ਤੀਜੇ ਦਿਨੋਂ ਲਾਜ਼ਮੀ ਹੈ, ਅਤੇ ਮਿਰਚਾਂ ਦੇ ਪੱਤੇ ਬਿਲਕੁਲ ਵੀ ਇਕੱਠੇ ਨਹੀਂ ਹੋਣਗੇ, ਕਿਉਂਕਿ ਆਪਾਂ ਨੂੰ ਸਾਰਿਆਂ ਨੂੰ ਪਤਾ ਮਿਰਚਾਂ ਦੇ ਪੱਤੇ ਇਕੱਠੇ ਕਿਉਂ ਹੁੰਦੇ ਆ। ਬੱਗੇ ਮੱਛਰ ਦੇ ਕਾਰਨ, ਹਰੇ ਤੇਲੇ ਦੇ ਕਾਰਨ ਜਦੋਂ ਜ਼ਿਆਦਾ ਹੱਦੋਂ ਵੱਧ ਜਾਂਦਾ ਅਤੇ ਇਹ ਸਾਰਾ ਰਸ ਚੂਸ ਲੈਂਦਾ ਅਤੇ ਪੱਤੇ ਇਕੱਠੇ ਹੋਣ ਲੱਗ ਜਾਂਦੇ ਆ ਅਤੇ ਬੂਟੇ ਦੀ ਗਰੋਥ ਨਹੀਂ ਹੁੰਦੀ ਅਤੇ ਫਲ ਖਤਮ ਹੋ ਜਾਂਦਾ। ਅਤੇ ਜਿਨ੍ਹਾਂ ਵੀਰਾਂ ਦੇ ਮਿਰਚ ਲਾਰਜ ਸਕੇਲ 'ਤੇ ਲਾਈ ਆ, ਬਹੁਤ ਵੱਡੇ ਲੈਵਲ 'ਤੇ ਲਾਈ ਆ, ਉਹਨਾਂ ਵੀਰਾਂ ਨੂੰ ਬੇਨਤੀ ਹੈ ਕਿ ਜੇ ਫੁਹਾਰਾ ਸਿਸਟਮ ਲੱਗਿਆ ਤਾਂ ਠੀਕ ਆ, ਨਹੀਂ ਲਵਾ ਲੈਣ, ਅਤੇ ਹਰ ਇੱਕ ਤੀਜੇ ਦਿਨ ਉਹ ਮੀਂਹ ਨੂੰ ਪਾਣੀ ਪੈਂਦਾ ਰਹੇ, ਤੀਜੇ ਦਿਨ ਉਹ ਚੰਗੀ ਤਰ੍ਹਾਂ ਬੂਟਿਆਂ ਨੂੰ ਨਵਾ ਦੇਣ ਤਾਂ ਬਿਲਕੁਲ ਵੀ ਇਹ ਰੋਗ ਦੀ ਸਮੱਸਿਆ ਨਹੀਂ ਆਊਗੀ, ਬਿਲਕੁਲ ਰੋਗ ਜੜੋਂ ਖਤਮ ਹੀ ਰਹਿੰਦਾ ਜੇ ਆਪਾਂ ਤੀਜੇ ਦਿਨ ਆਪਾਂ ਸਪਰੇਅ ਕਰੀ ਜਾਵਾਂਗੇ। ਘਰੇਲੂ ਬਗੀਚੀ ਵਾਲੇ ਵੀਰ ਜਿਨ੍ਹਾਂ ਨੇ ਛੋਟੇ ਥਾਂ 'ਚ ਲਾਈ ਹੈ, ਥੋੜ੍ਹੇ ਥਾਂ 'ਚ ਲਾਈ ਹੈ, ਉਹਨਾਂ ਵੀਰਾਂ ਨੂੰ ਬੇਨਤੀ ਹੈ ਕਿ ਤੁਸੀਂ ਆਪਦੀ 20 ਲੀਟਰ ਵਾਲੀ ਡਰੰਮੀ ਜਾਂ ਭੁੰਡੇ ਨਾਲ ਨਿੱਤ ਤੀਜੇ ਦਿਨ ਪਾਣੀ ਦਾ ਛਿੜਕਾਅ ਕਰਨਾ ਸ਼ੁਰੂ ਕਰ ਦਿਓ ਅਤੇ ਤੁਹਾਡੀਆਂ ਮਿਰਚਾਂ ਦੇ ਪੱਤੇ ਬਿੱਲੀ ਕੰਨੇ ਅਤੇ ਇਕੱਠੇ ਜੇ ਨਹੀਂ ਹੋਣਗੇ, ਆਪਣੀ ਫੁੱਲ ਗਰੰਟੀ ਹੈ, ਕਿਉਂਕਿ ਆਪਾਂ ਵਰਤਿਆ ਹੋਇਆ ਫਾਰਮੂਲਾ। ਅਤੇ ਤੁਸੀਂ ਵੀਡੀਓ 'ਚ ਵੀ ਦੇਖ ਲਓ ਕਿ ਜੇਕਰ ਤੁਸੀਂ ਇੱਦਾਂ ਫੁਹਾਰੇ ਲਾ ਦੋਗੇ ਅਤੇ ਇਹਨਾਂ ਨੂੰ ਚੰਗੀ ਤਰ੍ਹਾਂ ਬੂਟਿਆਂ ਨੂੰ ਨਵਾਉਂਦੇ ਰਹੋਗੇ ਤਾਂ ਬਿਲਕੁਲ ਵੀ ਇਹ ਸਮੱਸਿਆ ਨਹੀਂ ਆਊਗੀ। ਅਤੇ ਵੀਡੀਓ ਚੰਗੀ ਲੱਗੀ ਤਾਂ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਕਿਸੇ ਕਿਸਾਨ ਵੀਰ ਦਾ, ਘਰੇਲੂ ਬਗੀਚੀ ਵਾਲੇ ਦਾ ਜਾਂ ਛੋਟੇ ਕਿਸਾਨ ਵੀਰ ਦਾ ਭਲਾ ਹੋ ਜਾਵੇ, ਕਿਉਂਕਿ ਲੋਕ ਸਪਰੇਆਂ ਵੱਲ ਜ਼ਿਆਦਾ ਭੱਜ ਰਹੇ ਆ ਅਤੇ ਘਰੇਲੂ ਤਰੀਕੇ ਨਹੀਂ ਵਰਤ ਰਹੇ। ਜੇਕਰ ਤੁਸੀਂ ਇਹ ਤਰੀਕਾ ਵਰਤੋਂਗੇ ਤਾਂ ਬਿਲਕੁਲ ਰੋਗ ਦੀ ਇਸ ਦੀ ਸਮੱਸਿਆ ਖਤਮ ਹੋ ਜਾਊਗੀ। ਧੰਨਵਾਦ ਜੀ।